ਭਿਆਨਕ ਸੜਕੀ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ। ਦੱਸਦੇ ਕਿ ਟਰੱਕ ਨੇ ਬਾਈਕ ਨੂੰ ਭਿਆਨਕ ਟੱਕਰ ਮਾਰੀ, ਜਿਸ ਤੋਂ ਬਾਅਦ ਬਾਈਕ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਜਦਕਿ ਮੌਕੇ ਤੋਂ ਡਰਾਈਵਰ ਅਤੇ ਕੰਡਕਟਰ ਜੋ ਟਰੱਕ ਦੇ ਵਿੱਚ ਸਵਾਰ ਸਨ ਉਹ ਫਰਾਰ ਹੋ ਗਏ। ਪਠਾਨਕੋਟ ਡਿਫੈਂਸ ਰੋਡ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇਹ ਦਰਦਨਾਕ ਹਾਦਸਾ ਹੋਇਆ। ਟਰੱਕ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ, ਜਦਕਿ ਇਸ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਦੱਸਦੇ ਕਿ ਟਰੱਕ ਨੇ ਬਾਈਕ ਨੂੰ ਭਿਆਨਕ ਟੱਕਰ ਮਾਰੀ, ਜਿਸ ਤੋਂ ਬਾਅਦ ਬਾਈਕ ਜ਼ਮੀਨ ਤੇ ਡਿੱਗ ਪਿਆ ਔਰ ਇਹ ਨੌਜਵਾਨ ਦੀ ਮੌਕੇ ਤੇ ਹੀ ਜਾਨ ਨਿਕਲ ਗਈ। ਭਾਈ ਚਮਨ ਲਾਲ ਗੱਲਬਾਤ, ਭਾਈ ਐਕਸੀਡੈਂਟ ਹੋਇਆ ਜਿੱਲੇ ਸਾਡੇ ਜਾਣ ਤੋਂ ਪਹਿਲਾਂ ਐਕਸੀਡੈਂਟ ਹੋਇਆ, ਜਿੱਦਾਂ ਅਸੀਂ ਦੇਖਿਆ ਨਾ ਐਕਸੀਡੈਂਟ ਹੋਏ ਅਤੇ ਮੁੰਡੇ ਦੇ ਦਿਮਾਗ 'ਤੇ ਗੱਡੀ ਸਿਰ ਤੋਂ ਨਿਕਲ ਗਈ ਸੀ, ਠੀਕ ਹੈ। ਡਰਾਈਵ ਵੀ ਦੌੜ ਗਿਆ, ਕਨੈਕਟਰ ਵੀ ਦੌੜ ਗਿਆ। ਇਹ ਆ ਵੀ ਜੇ ਲਾਸ ਸੀ ਇਕੱਠੀ ਮੁੱਠੀ ਕੀਤੀ ਸੀ, ਐਂਬੂਲੈਂਸ ਪਾ ਤੇ ਸੀ, ਠੀਕ ਹੈ। ਉਹਦੇ ਬਾਅਦ ਵੀ ਪੁਲਿਸ ਆਈ ਹੈ, ਪੁਲਿਸ ਨੇ ਫਿਰ ਐਂਬੂਲੈਂਸ ਆਈ, ਮੈਂ ਆਪਣਾ ਸਰਾਂ ਖੁਦ ਲਾਸ ਰੁੱਦੀ ਵਿੱਚ, ਹੁਣ ਉਹਦਾ ਕਰਨ ਗਿਆ ਨਾ ਪੋਸਟਮਾਰਟਮ, ਅਤੇ ਗੱਡੀ ਵੀ ਨਾਲ ਗਈ ਇਹਦੀ ਟਰੱਕ ਵਾਲੀ। ਉਹ ਦੱਸੋ ਕਿਹਦੇ ਨਾਲ ਹੋਇਆ? ਟਰੱਕ ਨਾਲ, ਬੰਦਾ ਜਾਮ ਸਿੰਘ ਰੋਡ ਦਾ। ਨੁਕਸਾਨ ਮੋਟਰਸਾਈਕਲ ਨਵਾਂ ਘਟਾ, ਮੋਟਰਸਾਈਕਲ ਕੁਛ ਨਹੀਂ ਹੋਇਆ। ਤੇ ਜਿੱਦਾਂ ਅਸੀਂ ਇੱਧਰ ਜਾਣੇ, ਆਪਾਂ ਅਸੀਂ ਇੱਧਰ ਨੂੰ ਮੋਟਰਸਾਈਕਲ ਜਾਣ ਡਿਆ, ਉੱਧਰ ਨੂੰ ਟਰੱਕ ਜਾਣ ਡਿਆ, ਮੁੰਡਾ ਬਿਲਕੁਲ ਮੌਕੇ 'ਤੇ ਖਤਮ ਹੋ ਗਏ। ਪੀਲੇ ਜਿਹੇ ਟਾਇਰ ਨਹੀਂ, ਦੋਨੋਂ ਸਿਰ ਤੋਂ ਨਿਕਲ ਗਏ ਨੇ। ਮੈਂ ਤੈਨੂੰ ਕਹਿਣ ਡਿਆ ਵੀ ਆਪਣਾ ਸਮਾਂ ਅਸੀਂ ਜਿਹੜਾ ਮੁੰਡੇ ਸਿਰ ਦਾ ਦਿਮਾਗ ਨਹੀਂ, ਆਪਣਾ ਸਮਾਂ ਇਕੱਠਾ ਕਰਕੇ ਨਾ ਉਹ ਲਿਫਾਫੇ 'ਚ ਪਾਇਆ ਸੀ। ਭਿਆਨਕ ਸੜਕੀ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ। ਦੱਸਦੇ ਕਿ ਟਰੱਕ ਨੇ ਬਾਈਕ ਨੂੰ ਭਿਆਨਕ ਟੱਕਰ ਮਾਰੀ, ਜਿਸ ਤੋਂ ਬਾਅਦ ਬਾਈਕ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਜਦਕਿ ਮੌਕੇ ਤੋਂ ਡਰਾਈਵਰ ਅਤੇ ਕੰਡਕਟਰ ਜੋ ਟਰੱਕ ਦੇ ਵਿੱਚ ਸਵਾਰ ਸਨ ਉਹ ਫਰਾਰ ਹੋ ਗਏ। ਪਠਾਨਕੋਟ ਡਿਫੈਂਸ ਰੋਡ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇਹ ਦਰਦਨਾਕ ਹਾਦਸਾ ਹੋਇਆ। ਟਰੱਕ ਡਰਾਈਵਰ ਅਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ, ਜਦਕਿ ਇਸ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਦੱਸਦੇ ਕਿ ਟਰੱਕ ਨੇ ਬਾਈਕ ਨੂੰ ਭਿਆਨਕ ਟੱਕਰ ਮਾਰੀ, ਜਿਸ ਤੋਂ ਬਾਅਦ ਬਾਈਕ ਜ਼ਮੀਨ ਤੇ ਡਿੱਗ ਪਿਆ ਔਰ ਇਹ ਨੌਜਵਾਨ ਦੀ ਮੌਕੇ ਤੇ ਹੀ ਜਾਨ ਨਿਕਲ ਗਈ। ਭਾਈ ਚਮਨ ਲਾਲ ਗੱਲਬਾਤ, ਭਾਈ ਐਕਸੀਡੈਂਟ ਹੋਇਆ ਜਿੱਲੇ ਸਾਡੇ ਜਾਣ ਤੋਂ ਪਹਿਲਾਂ ਐਕਸੀਡੈਂਟ ਹੋਇਆ, ਜਿੱਦਾਂ ਅਸੀਂ ਦੇਖਿਆ ਨਾ ਐਕਸੀਡੈਂਟ ਹੋਏ ਅਤੇ ਮੁੰਡੇ ਦੇ ਦਿਮਾਗ 'ਤੇ ਗੱਡੀ ਸਿਰ ਤੋਂ ਨਿਕਲ ਗਈ ਸੀ, ਠੀਕ ਹੈ। ਡਰਾਈਵ ਵੀ ਦੌੜ ਗਿਆ, ਕਨੈਕਟਰ ਵੀ ਦੌੜ ਗਿਆ। ਇਹ ਆ ਵੀ ਜੇ ਲਾਸ ਸੀ ਇਕੱਠੀ ਮੁੱਠੀ ਕੀਤੀ ਸੀ, ਐਂਬੂਲੈਂਸ ਪਾ ਤੇ ਸੀ, ਠੀਕ ਹੈ। ਉਹਦੇ ਬਾਅਦ ਵੀ ਪੁਲਿਸ ਆਈ ਹੈ, ਪੁਲਿਸ ਨੇ ਫਿਰ ਐਂਬੂਲੈਂਸ ਆਈ, ਮੈਂ ਆਪਣਾ ਸਰਾਂ ਖੁਦ ਲਾਸ ਰੁੱਦੀ ਵਿੱਚ, ਹੁਣ ਉਹਦਾ ਕਰਨ ਗਿਆ ਨਾ ਪੋਸਟਮਾਰਟਮ, ਅਤੇ ਗੱਡੀ ਵੀ ਨਾਲ ਗਈ ਇਹਦੀ ਟਰੱਕ ਵਾਲੀ। ਉਹ ਦੱਸੋ ਕਿਹਦੇ ਨਾਲ ਹੋਇਆ? ਟਰੱਕ ਨਾਲ, ਬੰਦਾ ਜਾਮ ਸਿੰਘ ਰੋਡ ਦਾ। ਨੁਕਸਾਨ ਮੋਟਰਸਾਈਕਲ ਨਵਾਂ ਘਟਾ, ਮੋਟਰਸਾਈਕਲ ਕੁਛ ਨਹੀਂ ਹੋਇਆ। ਤੇ ਜਿੱਦਾਂ ਅਸੀਂ ਇੱਧਰ ਜਾਣੇ, ਆਪਾਂ ਅਸੀਂ ਇੱਧਰ ਨੂੰ ਮੋਟਰਸਾਈਕਲ ਜਾਣ ਡਿਆ, ਉੱਧਰ ਨੂੰ ਟਰੱਕ ਜਾਣ ਡਿਆ, ਮੁੰਡਾ ਬਿਲਕੁਲ ਮੌਕੇ 'ਤੇ ਖਤਮ ਹੋ ਗਏ। ਪੀਲੇ ਜਿਹੇ ਟਾਇਰ ਨਹੀਂ, ਦੋਨੋਂ ਸਿਰ ਤੋਂ ਨਿਕਲ ਗਏ ਨੇ। ਮੈਂ ਤੈਨੂੰ ਕਹਿਣ ਡਿਆ ਵੀ ਆਪਣਾ ਸਮਾਂ ਅਸੀਂ ਜਿਹੜਾ ਮੁੰਡੇ ਸਿਰ ਦਾ ਦਿਮਾਗ ਨਹੀਂ, ਆਪਣਾ ਸਮਾਂ ਇਕੱਠਾ ਕਰਕੇ ਨਾ ਉਹ ਲਿਫਾਫੇ 'ਚ ਪਾਇਆ ਸੀ।